ਸਰਕਾਰ ਦਿਓ ਪੰਡਾਲ ਵਿੱਚ ਜਿੰਨੀਆਂ ਵੀ ਸੰਗਤਾਂ ਸ਼ੈੱਡ ਦੇ ਥੱਲੇ ਇਹਨੂੰ ਦੀਵਾਨ ਹਾਲ ਆਪਾਂ ਕਹਿ ਸਕਦੇ ਹਾਂ ਜਿੱਥੇ ਸੰਗਤਾਂ ਜੁੜ ਕੇ ਬੈਠੀਆਂ। ਇੱਕ ਮੇਲਾ ਹੁੰਦਾ ਹੈ, ਇੱਕ ਜੋੜ ਮੇਲਾ ਹੁੰਦਾ। ਮੇਲੇ ਦੇ ਜਿਹੜੇ ਪੁਜਾਰੀ ਹਨ ਉਹ ਮੇਲੇ ਵਿੱਚ ਘੁੰਮਦੇ ਫਿਰਦੇ ਰਹਿੰਦੇ, ਜਿਹੜੇ ਜੁੜਨ ਵਾਲੇ ਹਨ ਉਹ ਸੰਗਤ ਵਿੱਚ ਬੈਠ ਕੇ ਜੁੜ ਕੇ ਬੈਠੇ ਰਹਿੰਦੇ। ਜੁੜਨਾ ਕਿਹਦੇ ਨਾਲ ਹੈ? ਜਿਹਦੇ ਨਾਲੋਂ ਇਹ ਜੀਵ ਰੂਪੀ ਆਤਮਾ ਸਾਡੀ ਵਿਛੜ ਕੇ ਆਈ, ਕਰਮਾਂ ਕਰਕੇ ਆਪਾਂ ਵਿਛੜਦੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਅਰਦਾਸ ਕਰਨੀ ਹੈ ਵੀ ਸਾਨੂੰ ਉਹਦੇ ਨਾਲ ਮੇਲੋ ਜਿਹਦੇ ਨਾਲੋਂ ਆਪਾਂ ਵਿਛੜ ਕੇ ਆਏ। ਜਨਮਾਂ ਜਨਮਾਂ ਕਰਕੇ ਆਪਾਂ ਪਰਮੇਸ਼ਰ ਨਾਲੋਂ ਵਿਛੜੇ ਹੋਏ ਹਾਂ। ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਣਕ ਦੇਹ ਪਾਈ ਹੈ, ਦੇਹੋ ਦਰਸ ਹਰਾਇਆ। ਉਹਦੀ ਕਿਰਪਾ ਦੁਆਰਾ ਇਹ ਕਿਤੇ ਭਾਗਾਂ ਨਾਲ ਮਾਣਸ ਦੇਹ ਮਿਲੀ ਹੈ। ਅਤੇ ਨਾ ਜਪਾਂਗੇ ਅਤੇ ਫਿਰ ਆਪਾਂ ਉਹਦੇ ਨਾਲ ਵੀ ਵਿਸ਼ਵਾਸਘਾਤ ਕਰ ਰਹੇ ਹਾਂ। ਜਿਹੜਾ ਬੰਦਾ ਰੱਬ ਨਾਲ ਵਿਸ਼ਵਾਸਘਾਤ ਕਰੇ ਤਾਂ ਉਹਦਾ ਦੱਸੋ ਭਲਾ ਕਿੱਥੇ ਹੋਣਾ ਹੈ। ਆਪਾਂ ਉਹਦੇ ਨਾਲ ਵੀ ਵਿਸ਼ਵਾਸਘਾਤ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਹਨੇ ਸਾਨੂੰ ਗਿਫਟ ਵਿੱਚ ਇਹ ਮਾਣ ਸਜਾਮਾ ਦਿੱਤਾ। ਮਿੱਤਰ ਮਿੱਤਰ ਨੂੰ ਕਈ ਵਾਰੀ ਬਾਹਰੋਂ ਕੋਈ ਨਾ ਕੋਈ ਗਿਫਟ ਭੇਜਦਾ ਰਹਿੰਦਾ ਹੈ, ਉਹ ਭਾਵੇਂ 100, 200, 400 ਰੁਪਈਏ ਦੀ ਚੀਜ਼ ਹੋਏ, ਆਪਾਂ ਬੜਾ ਉਹਦੇ ਨਾਲ ਉਹਦਾ ਸਤਿਕਾਰ ਕਰਦੇ ਹਾਂ। ਜਿਹੜਾ ਸਾਰੀ ਦੁਨੀਆ ਦਾ ਮਿੱਤਰ ਹੈ, ਜਿਹਨਾਂ ਦਸੰਦੜਿਆਂ ਦੁਰਮਤ ਬੰਝਿਆ ਮਿੱਤਰ ਸਾਡੜੇ ਸਹੀ, ਅਤੇ ਜਿਹਨੇ ਅਮੋਲਕ ਜਾਮਾ ਸਾਨੂੰ ਮਾਣਸ ਜਾਮਾ ਇਹ ਦੇਹ ਦਿੱਤੀ ਹੈ, ਉਹਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਥੋੜ੍ਹਾ ਹੈ। ਆਪਾਂ ਉਹਦਾ ਦੇਣ ਦੇ ਹੀ ਨਹੀਂ ਸਕਦੇ ਜਿਸ ਪਰਮਾਤਮਾ ਨੇ ਸਾਨੂੰ ਇਹ ਜਪਣ ਵਾਸਤੇ ਬਈ ਮੁੜ ਕੇ ਨਾ ਕਿਤੇ ਵਾਰ ਵਾਰ ਜੂਨੀਆਂ ਵਿੱਚ ਭਟਕਦਾ ਰਹੀ ਨਾਮ ਜਪ। ਬਾਰੀ ਬਲਿਹਾਰੀ ਜਾਵਾਂ ਨਿੱਤ ਉਹਦੀ ਸ਼ਾਨ ਉੱਤੋਂ, ਉਸੇ ਦੀਆਂ ਕੁਦਰਤਾਂ ਬਣਾਇਆ ਜਿਨ ਬੰਦਾ ਏ, ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਏ ਸਫਾਈ, ਸੋਹਣਾ ਫੇਰ ਫੇਰ ਰੰਦਾ ਏ। ਉੱਤੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਵਿੱਚ ਮਲ ਮੋਤ ਭਰ ਦਿੱਤਾ ਮਲ ਮੰਦਾ ਏ। ਬੰਦਾ ਉਹਦਾ ਹੋ ਕੇ ਫਿਰ ਬੰਦਗੀ ਨਾ ਕਰੇ, ਜਿਹੜਾ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਏ। ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਮਾਣ ਸਜਾਮਾ ਬਖਸ਼ਿਸ਼ ਕੀਤਾ ਹੈ। ਜਿਹਨਾਂ ਨੇ ਨਹੀਂ ਜਪਿਆ ਕਦੀ ਉਹਨਾਂ ਦਾ ਕੋਈ ਦਿਨ ਮਨਾਉਂਦਾ ਦੇਖਿਆ ਹੈ? ਜਿਹਨਾਂ ਨੇ ਜਪਿਆ ਹੈ ਵੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ। ਕਿੰਨੀਆਂ ਸੰਗਤਾਂ ਸਵੇਰ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਕਿੰਨਾ ਕਿੰਨਾ ਚਿਰ ਮੱਥਾ ਟੇਕਣ ਦੀ ਵਾਰੀ ਨਹੀਂ ਸੀ ਆ ਰਹੀ। ਉਹਨਾਂ ਨੇ ਜਪਿਆ ਹੈ, ਵਾਹੋ ਵਾਹੋ ਕਰੈ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਉਹਨਾਂ ਨੂੰ ਸੰਗਤਾਂ ਪੂਜਣ ਵਾਸਤੇ, ਨਮਸਕਾਰ ਕਰਨ ਵਾਸਤੇ, ਸਿਜਦਾ ਕਰਨ ਵਾਸਤੇ, ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਸੰਗਤਾਂ ਵੀ ਇਸ ਦਿਨ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਕਦੋਂ ਸਾਲਾਨਾ ਜੋੜ ਮੇਲਾ ਆਵੇ? ਜਿਨ੍ਹਾਂ ਨੇ ਨਹੀਂ ਜਪਿਆ, ਜਿਹੜੇ ਰਾਜ ਭਾਗ ਵਿੱਚ ਰੁੱਝੇ ਰਹੇ, ਉਹਨਾਂ ਦਾ ਕੋਈ ਦਿਨ ਨਹੀਂ ਮਨਾਉਂਦਾ, ਉਹਦੀਆਂ ਕੋਈ ਯਾਦਾਂ ਨਹੀਂ ਮਨਾਉਂਦਾ। ਪਰ ਜਿਨ੍ਹਾਂ ਨੇ ਰਾਗ ਭਾਗ ਛੱਡ ਦਿੱਤਾ, ਬੰਦਗੀ ਵਾਲੇ ਪਾਸੇ ਆਪਣੇ ਮਨ ਨੂੰ ਜੋੜ ਲਿਆ, ਉਹਨਾਂ ਦੇ ਦਿਨ ਮਨਾਏ ਜਾ ਰਹੇ।
ਇਹ ਬੰਦਗੀ ਦਾ ਸਦਕਾ ਹੈ। ਭਗਤ ਬਾਬਾ ਚਰਨ ਸਿੰਘ ਹੁਣਾਂ ਨੇ ਉੱਜੜ ਥੇ ਵਸਾਇਓ ਕਰ ਕੁਦਰਤ ਪਾਸਾ ਢਾਲ ਜੀਓ। ਆ ਜਿੱਥੇ ਤੁਸੀਂ ਬੈਠੇ ਹੋ ਨਾ, ਇਸ ਧਰਤੀ ਵਿੱਚ ਕਿੰਨੇ ਸਾਲ ਹੋ ਗਏ ਹਨ ਨਾਮ ਬਾਣੀ ਦਾ ਬੀਜ ਬੀਜਿਆ ਜਾ ਰਿਹਾ। ਇੱਥੇ ਪਤਾ ਨਹੀਂ ਕਿੰਨਿਆਂ ਕੁ ਮਹਾਂਪੁਰਸ਼ਾਂ ਦੇ ਚਰਨ ਪਏ ਹਨ, ਇੱਥੇ ਪਤਾ ਨਹੀਂ ਕਿੰਨਿਆਂ ਕੁ ਨਾਮ ਜਪਣ ਵਾਲੀਆਂ ਰੂਹਾਂ ਬੈਠੀਆਂ ਹਨ। ਇਹ ਧਰਤੀ ਦੇ ਕੋਲ ਪੂਰਵਲੇ ਭਾਗ ਜਾਗੇ ਹਨ ਜਿੱਥੇ ਨਾਮ ਬਣਨ ਦਾ ਪ੍ਰਵਾਹ ਚੱਲ ਰਿਹਾ ਹੈ। ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਗੁਰੂ ਸਾਹਿਬ ਪ੍ਰਕਾਸ਼ਮਾਨ ਹਨ ਸਟੇਜ 'ਤੇ, ਅਤੇ ਉਹ ਰਾਜੇ ਜਿਹੜੇ ਰਾਜੇ ਹੋਏ ਨਾ ਆਖੀਏ ਭਿੜ ਮਰੇ ਫਿਰ ਜੂਨੀ ਪਾਹੇ। ਰਾਜੇ ਰਾਜ ਭਾਗ ਦੀ ਖਾਤਰ ਆਪਣਾ ਏਰੀਆ ਰਕਬਾ ਵਧਾਉਣ ਦੀ ਖਾਤਰ ਇੱਕ ਦੂਜੇ ਨਾਲ ਭਿੜਦੇ ਰਹਿੰਦੇ ਹਨ, ਪਰ ਜਿਨ੍ਹਾਂ ਨੇ ਘਰ ਬਾਰ ਛੱਡਿਆ, ਰਾਣੀਆਂ ਛੱਡੀਆਂ, ਜਿਨ੍ਹਾਂ ਨੇ 9 ਕਰੋੜ ਰੁਪਈਆ ਉਸ ਵੇਲੇ ਖਜ਼ਾਨੇ ਵਿੱਚ ਸੀ ਜਦੋਂ ਜੋਗੀ ਬਣ ਗਿਆ। ਆ ਤਖਤੂਪੁਰਾ ਇੱਕ ਪਿੰਡ ਹੈ ਬਰਨਾਲੇ ਨੇੜੇ, ਕਿਉਂਕਿ ਦਲਜੀਤ ਸਿੰਘ ਇੱਕ ਗ੍ਰੰਥੀ ਸਿੰਘ ਹਨ ਉੱਧਰ ਕਰਨਾਲ ਵੱਲ ਦੇ, ਉਹ ਮੈਨੂੰ ਕਹਿਣ ਲੱਗੇ ਵੀ ਜਿਹੜਾ ਦਿਨ ਮਨਾਉਂਦੇ ਹੋ ਯਾਰ 2 ਮਿੰਟ ਉਹਨਾਂ ਬਾਰੇ ਵੀ ਚਾਨਣਾ ਪਾਇਆ ਕਰੋ। ਅਤੇ ਮੈਂ ਕੇਵਲ ਠੂਕ ਮਾਤਰ, ਗੁਰੂ ਨਾਨਕ ਸਾਹਿਬ ਜੀ ਬੈਠੇ ਹਨ, ਬਾਬਾ ਭਰਥਰੀ ਜੀ ਕੋਲ ਬੈਠਾ, ਕਈ ਕਿੰਤੂ ਪਰੰਤੂ ਬੜਾ ਕਰਦੇ ਰਹਿੰਦੇ ਹਨ, ਕਈ ਵਾਰੀ ਫੋਨ ਆਉਂਦੇ ਰਹਿੰਦੇ, ਵੀ ਉਹਦੀ ਕੀ ਦੇਣ ਹੈ ਜਿਹਦਾ ਤੁਸੀਂ ਦਿਨ ਮਨਾਉਂਦੇ ਹੋ। ਪਿਛਲੇ ਸਾਲ ਵੀ ਇਸ ਤਰ੍ਹਾਂ ਹੋਇਆ, ਅਤੇ ਉਹ ਵੀ ਮਹਾਰਾਜ ਦੇ ਸਾਹਮਣੇ ਇੱਕ ਜ਼ਿਮੀਂਦਾਰ ਨਾਲ ਕਹਿਣ ਲੱਗਾ, ਇਹ ਉਹ ਭਰਤੀ ਹੈ ਜਿਸ ਰਾਣੀ ਦੀ ਖਾਤਰ ਇਹਨੇ ਆਪਣਾ ਰਾਜ ਭਾਗ ਛੱਡਿਆ, ਅਤੇ ਰਾਜੇ ਭਰਤੀ ਦੀਆਂ ਅੱਖਾਂ ਵਿੱਚ ਨਾ ਇੰਨਾ ਤਪ ਤੇਜ ਪ੍ਰਤਾਪ ਜਿਵੇਂ ਕੋਈ ਅੱਗ ਨਿਕਲਣ ਵਾਲੀ ਹੋਵੇ। ਉਹਨੇ ਅੱਖਾਂ ਭਰ ਕੇ ਜਦੋਂ ਦੇਖਿਆ ਨਾ ਉਸ ਜ਼ਿਮੀਂਦਾਰ ਵੱਲ, ਗੁਰੂ ਨਾਨਕ ਸਾਹਿਬ ਜੀ ਸਮਝ ਗਏ, ਸਤਿਗੁਰਾਂ ਨੇ ਦੋਵੇਂ ਹੱਥ ਉਹਦੇ ਮੂੰਹ ਵੱਲ ਕਰਕੇ ਉਹਦਾ ਤਪ ਤੇਜ਼ ਰੋਕਿਆ, ਫਿਰ ਵੀ ਉਂਗਲਾਂ ਦੇ ਰਾਹੀਂ ਕੁਝ ਤਪ ਤੇਜ਼ ਉਹਦੇ ਮੂੰਹ 'ਤੇ ਪਿਆ, ਛਾਲੇ ਪੈ ਗਏ ਉਹਦੇ ਮੂੰਹ 'ਤੇ, ਇੰਨਾ ਤਪ ਤੇਜ਼ ਸੀ। ਸਤਿਗੁਰੂ ਕਹਿਣ ਲੱਗੇ, ਤੂੰ ਇੱਕ ਛੱਡ ਕੇ ਦੱਸ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, 9 ਕਰੋੜ ਦੇ ਹੀਰੇ ਮੋਤੀ ਜਵਾਹਰਾਤ ਛੱਡ ਕੇ ਇਹ ਰਾਜਾ ਜੋਗੀ ਭਰਥਰੀ ਬਣਿਆ ਹੈ ਨਾਥ। ਗੁਰੂ ਨਾਨਕ ਸਾਹਿਬ ਦਾ ਜਿਹਨੂੰ ਸੁਪਨੇ ਵਿੱਚ ਹੀ ਮੇਲ ਹੋ ਜਾ, ਉਹਦੇ ਕਰਮ ਚੰਗੇ ਹਨ, ਅਤੇ ਗੁਰੂ ਨਾਨਕ ਸਾਹਿਬ ਇਹਦੇ ਹਰ ਵੇਲੇ ਅੰਗ ਸੰਗ ਰਹਿੰਦੇ ਹਨ। ਭਰਥਰ ਗੁਣ ਉਚਰੈ ਸਦਾ ਗੁਰਸੰਗ ਰਹੰਤੋ, ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ। ਜਿਹੜੇ ਸਾਇੰਸ ਵਾਲੇ 7 ਪਤਾਲ ਮੰਨਦੇ ਹਨ, ਅਤਲ ਪਿੱਤਲ ਸਤਲ ਰਸਾਤਲ ਤਲਾਤਲ ਮਹਾਤਲ ਪਤਾਲ, ਇਹ ਹੁਣ ਕਿਤੇ ਮੰਨਣ ਲੱਗੇ ਹਨ। ਸਾਇੰਸ ਵਾਲੇ ਵੀ ਨਹੀਂ ਸਨ ਪਹਿਲਾਂ ਮੰਨਦੇ, ਸਾਇੰਸ 'ਤੇ ਉਦੋਂ ਜੰਮੀ ਵੀ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਨੇ ਜੋ ਗੱਲਾਂ ਕਹਿ ਦਿੱਤੀਆਂ ਅੱਜ ਮੰਨਦੇ ਹਨ। ਅਮੈਰੀਕਾ 7ਵੀਂ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੇ ਗ੍ਰੰਥਾਂ ਨਾਲੋਂ ਸੁਪਰੀਮ ਪਾਵਰ ਉਹਨਾਂ ਨੇ ਮੰਨੀ ਹੈ, ਉਹਦੇ ਵਿੱਚੋਂ ਪੜ੍ਹ ਪੜ੍ਹ ਕੇ ਸੇਧ ਲੈ ਕੇ ਮਨੋ ਵਿਗਿਆਨੀ ਸਾਇੰਟਿਸਟ ਵਗੈਰਾ ਖੋਜ ਕਰ ਰਹੇ ਹਨ ਅੱਜ। ਅਤੇ ਭੱਟ ਕਹਿੰਦੇ ਹਨ ਵੀ ਜਿਹੜਾ ਭਰਥਰੀ ਕੋਲ ਗੁਰੂ ਨਾਨਕ ਸਾਹਿਬ ਹਰ ਵੇਲੇ ਅੰਗ ਸੰਗ ਰਹਿੰਦੇ ਹਨ, ਉਹਨਾਂ ਦੇ ਕਿੱਡੇ ਕਰਮ ਚੰਗੇ ਹਨ, ਉਹ ਕਿੱਡੇ ਭਾਗਾਂ ਵਾਲਾ ਹੈ। ਕਿਸੇ ਨੂੰ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਣ 'ਤੇ ਉਹ ਕਰਮਾਂ ਵਾਲਾ ਹੈ, ਜਿਹਨੂੰ ਸਾਖਿਆਤ ਪ੍ਰਤੱਖ ਰੂਪ ਵਿੱਚ ਦੀਦਾਰ ਹੋਏ ਹੋਣ, ਜਿਹਨੂੰ ਨਰਕਾਂ ਤੋਂ ਜਾਣ ਤੋਂ ਬਚਾਇਆ ਹੋਵੇ ਸਤਿਗੁਰਾਂ ਨੇ,
ਉਹਦੇ 'ਤੇ ਕਿੱਡੀ ਕਿਰਪਾ ਹੋਵੇਗੀ। ਉਹਨੇ 3 ਗ੍ਰੰਥ ਲਿਖੇ ਹਨ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ, ਬੈਰਾਗ ਸ਼ਤਕ। ਸਾਨੂੰ ਤਾਂ ਪੜ੍ਹਨੇ ਵੀ ਨਹੀਂ ਆਉਂਦੇ, ਇੰਨੇ ਔਖੀ ਭਾਸ਼ਾ ਹੈ। ਅਤੇ ਸਤਿਗੁਰੂ ਕਹਿਣ ਲੱਗੇ ਜ਼ਿਮੀਂਦਾਰ ਨੂੰ, ਤੂੰ ਇਹਦੇ ਨਾਲ ਬਿਨਾਂ ਮਤਲਬ ਕਿੰਤੂ ਪਰੰਤੂ ਕਰ ਰਿਹਾ ਹੈ, ਕਿਉਂਕਿ ਜਿਹੜੇ ਰਾਜੇ ਹੁੰਦੇ ਹਨ ਉਹ ਸ਼ਿੰਗਾਰ ਕਰਨ ਦੇ ਸ਼ੌਕੀਨ ਹੁੰਦੇ ਹਨ। ਅਤੇ ਉਹਨੇ ਸ਼ਿੰਗਾਰ ਸ਼ਤਕ ਪਹਿਲਾਂ ਲਿਖਿਆ, ਫਿਰ ਉਹਨੇ ਨੀਤੀ ਸ਼ਤਕ, ਕਿਉਂਕਿ ਰਾਜਨੀਤਕ ਹੋਣ ਦੇ ਨਾਤੇ ਰਾਜਿਆਂ ਨੂੰ ਨੀਤੀਆਂ ਵੀ ਵਰਤਣੀਆਂ ਪੈਂਦੀਆਂ ਹਨ। ਉਹਨਾਂ ਨੇ ਨੀਤੀ ਸ਼ਤਕ ਰਾਜ ਕਰਨ ਦੇ ਕੁਝ ਅਸੂਲ ਲਿਖੇ ਹਨ। ਜਦੋਂ ਫਿਰ ਗਿਆਨ ਹੋ ਗਿਆ, ਵੈਰਾਗ ਹੋ ਗਿਆ, ਜਿਹਨੂੰ ਸਰਮਖੰਡ ਕਹਿੰਦੇ ਹਨ, ਪਹਿਲਾਂ ਧਰਮਖੰਡ, ਗਿਆਨ ਖੰਡ, ਸਰਮਖੰਡ, ਜਦੋਂ ਸਰਮਖੰਡ ਵਿੱਚ ਅਵਸਥਾ ਪਹੁੰਚ ਜਾਏ ਫਿਰ ਵੈਰਾਗ ਪੈਦਾ ਹੁੰਦਾ। ਫਿਰ ਵੈਰਾਗ ਜਦੋਂ ਆ ਜਾਏ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਉਹਨੂੰ ਕਹਿੰਦੇ ਹਨ ਕਰਮਖੰਡ। ਜਦੋਂ ਕਰਮਖੰਡ ਵਿੱਚ ਅਵਸਥਾ ਚਲੀ ਜਾਏ ਫਿਰ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਇੱਕ ਸਲੋਕ ਹੈ ਉਹਨਾਂ ਦਾ, ਜਰਾ ਅਪਾਉ ਨਾ ਹੋ ਸਕੈ। ਬਾਬਾ ਭਰਥਰੀ ਜੀ ਜਿਹਨਾਂ ਦਾ ਦਿਨ ਮਨਾ ਲਿਆ, ਜਰਾ ਆਓ ਕੇ ਮਾਹੇ। ਜਰਾ ਕਹਿੰਦੇ ਹਨ ਵਡੇਪੇ ਨੂੰ, ਵਡੇਪਾ ਆ ਰਿਹਾ ਹੈ ਅਤੇ ਵਡੇਪੇ ਦਾ ਕੋਈ ਉਪਾਅ ਨਹੀਂ, ਕੋਈ ਦਵਾਈ ਨਹੀਂ। ਵਡੇਪਾ ਜਦੋਂ ਆਉਂਦਾ ਹੈ ਤੇਰੇ ਕੋਲੋਂ ਤਾਂ ਆਪਣੇ ਹੱਥ ਨਾਲ ਬੁਰਕੀ ਨਹੀਂ ਮੂੰਹ ਵਿੱਚ ਪਾ ਹੋਣੀ, ਤੇਰੇ ਕੋਲੋਂ ਭਜਨ ਕਦੋਂ ਹੋਣਾ ਹੈ? ਉਦੋਂ ਫਿਰ ਅਵਸਥਾ ਹੋ ਜਾਂਦੀ ਹੈ ਮੁੱਖ ਪਿਆਓ ਬੈਠ ਤੋਂ ਦੈਨ, ਆ ਪਿਆਓ ਕਹਿੰਦੇ ਹਨ ਭੋਜਨ। ਜਰਾ ਉਪਾਅ ਨਾ ਹੋ ਸਕੇ, ਜਰਾ ਆਓ ਕੇ ਮਾਹੇ। ਜਦੋਂ ਵਡੇਪਾ ਆਉਂਦਾ ਉਹਦਾ ਉਪਾਅ ਨਹੀਂ ਕੋਈ ਹੋ ਸਕਦਾ। ਅਤੇ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਇਹ, ਤਰਨ ਕਹਿੰਦੇ ਹਨ ਜਵਾਨ ਅਵਸਥਾ ਨੂੰ। ਜੇ 84 ਲੱਖ ਜੂਨਾਂ ਦਾ ਭਵ ਸਾਗਰ ਸਮੁੰਦਰ ਤਰਨਾ ਹੈ ਤੇ ਇਹ ਨਹੀਂ ਦੇਖਣਾ ਵੀ ਜਵਾਨੀ ਹੈ, ਹੁਣ ਖਾਣ ਪੀਣ ਹੰਢਾਉਣ ਦੇ ਦਿਨ ਹਨ, ਪਤਾ ਨਹੀਂ ਕਦੋਂ ਉਹਦਾ ਸੱਦਾ ਪੱਤਰ ਆ ਜਾਏ, ਅਤੇ ਇਹ ਸਮਾਂ ਜਾਈ ਨਹੀਂ ਗਾਉਣਾ। ਬਾਬਾ ਜੀ ਦੇ ਪਵਿੱਤਰ ਨਗਰ ਧੰਨ ਸੋ ਗਾਉਣ, ਧੰਨ ਸੋ ਠਾਉਣ, ਧੰਨ ਪਨੀਤ ਪਟੰਬ ਸਭ ਲੋਏ, ਇਹ ਪਿੰਡ ਭਾਗਾਂ ਵਾਲਾ ਹੈ। ਉਹ ਥਾਂ ਭਾਗਾਂ ਵਾਲਾ ਜਿਸ ਥਾਂ 'ਤੇ ਜਿਸ ਕੁੱਲ ਵਿੱਚ ਭਗਤ ਬਾਬਾ ਚੰਦ ਸਿੰਘ ਹੁਣ ਦਾ ਆਉਣਾ ਹੋਇਆ ਹੈ, ਧੰਨ ਪਨੀਤ ਕੁਟੰਬ ਸਭ ਲੋਏ, ਸਾਰੇ ਪਰਿਵਾਰ ਦੇ ਜੀਆਂ ਦੇ ਵੀ ਭਾਗ ਚੰਗੇ ਹਨ, ਜਿਹੜਾ ਉਹਨਾਂ ਦੇ ਘਰ ਜਿਹਨਾਂ ਦਾ ਜਨਮ ਹੋਇਆ। ਇਸ ਪਿੰਡ ਦੀ ਸਿਫਤ ਬਾਰੇ ਜਿਹਨਾਂ ਨੇ ਇਸ ਨਗਰ ਵਿੱਚ ਸਾਧੂ ਅੱਬਲ ਅਤੇ ਨਗਰ ਕਿਸੇ ਵਿੱਚ ਆਉਂਦਾ ਨਹੀਂ, ਜੇ ਆ ਜਾਵੇ ਤਾਂ ਉਸ ਪਿੰਡ ਦੀ ਰੀਸ ਕੋਈ ਨਹੀਂ। ਭਾਗਾਂ ਵਾਲਾ ਦੁਨੀਆਂ ਦੇ ਨਕਸ਼ੇ 'ਤੇ ਭੇਖਵਾਲ ਦਾ ਨਾਂ ਮਹਾਂਪੁਰਸ਼ਾਂ ਨੇ ਧਰੂ ਤਾਰੇ ਵਾਂਗੂ ਚਮਕਾ ਕੇ ਰੱਖ ਦਿੱਤਾ ਹੈ। ਦੇਹੀ ਕਿਸ਼ਤੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਭੇਖੋਵਾਲ ਦੁਆਰੇ ਆ ਕੇ ਕੁਲਦੀਪ ਜੀ ਬਾਗਪੁਰੀ ਭਾਈ ਸਾਹਿਬ ਹੁਣਾਂ ਨੇ ਸਾਨੂੰ ਗੀਤ ਲਿਖ ਕੇ ਦਿੱਤਾ ਸੀ, 5-7 ਸਾਲ ਹੋਏ। ਇਹਦੀ CD ਵੀ ਬਣੀ ਸੀ, ਉਹ ਧੜਾ ਧੜ ਸੰਗਤਾਂ ਵਿੱਚ ਵਿਕ ਗਈ ਅਤੇ ਕਈ 50-50, 30-30 CDs ਮੇਰੇ ਕੋਲ ਫਰੀ ਲੈ ਗਏ। ਜਿਹੜਾ ਉਹਦੇ 'ਤੇ ਖਰਚਾ ਆਇਆ ਉਹ ਵੀ ਨਾ ਦਿੱਤਾ, ਹੁਣ ਖਤਮ ਹੋਏ, ਦੁਆਰਾ ਬਣਵਾ ਵੀ ਨਾ ਸਕੇ ਆਪਾਂ। ਅਤੇ ਉਹਦੇ ਵਿੱਚ ਇਹ ਗੀਤ ਹੈ, ਇਹ ਸੰਗਤਾਂ ਵੱਲੋਂ ਕੁਝ ਮੈਨੂੰ ਹੁਕਮ ਹੋਇਆ ਹੈ ਵੀ ਉਹ ਗੀਤ ਜਿਹੜਾ ਸੁਣਾ ਦਿੱਤਾ ਜਾਏ। ਇਹ ਗੀਤ ਕਹਿ ਕੇ 5-6 ਮਿੰਟ ਵਿੱਚ ਆਨੰਦ ਸਾਹਿਬ ਦਾ ਪਾਠ ਕਰਕੇ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਦੇਖ ਸਕਦੇ ਹੋ। ਜਿਹੜੇ ਘਰਾਂ ਦੇ ਮੈਂਬਰ ਕੋਈ ਨਹੀਂ ਵੀ ਆ ਸਕਿਆ ਤਾਂ ਉਹ ਘਰ ਬੈਠ ਕੇ ਲਾਹ ਲੈ ਸਕਦਾ, ਜ਼ਰੂਰ ਉਹਨਾਂ ਨੂੰ ਵੀ ਵਿਖਾਓ
ਜਿਹੜੇ ਕਿਸੇ ਕਾਰਨ ਕਰਕੇ ਮਜਬੂਰੀ ਕਰਕੇ ਨਹੀਂ ਆ ਸਕੇ, ਉਹ ਘਰ ਬੈਠੇ ਗੁਰਮਤ ਪਿਆਰਿਆਂ ਨੂੰ ਜ਼ਰੂਰ ਸਵਾ 4 ਵਜੇ ਮੰਗਲਵਾਰ ਵਾਲੇ ਦਿਨ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੋ। ਉਹਦੀਆਂ ਲਿਖੀਆਂ ਹੋਈਆਂ ਲਾਈਨਾਂ ਦੀਪ ਜੀ ਦੀਆਂ ਬੜੇ ਪਿਆਰ ਨਾਲ ਕਹਿ ਕੇ ਫਿਰ ਆਨੰਦ ਸਾਹਿਬ ਦਾ ਪਾਠ, ਕੋਈ ਲੈਕਚਰ ਵਗੈਰਾ ਨਹੀਂ ਹੁਣ ਕੀਤਾ ਜਾਵੇਗਾ। ਸੁਣੋ ਪਿਆਰ ਨਾਲ ਗੀਤ ਦੀਆਂ ਲਾਈਨਾਂ। ਇੱਕੋ ਵਾਰ ਦੁਆਰੇ ਆ ਕੇ, ਇੱਕੋ ਵਾਰ ਦੁਆਰੇ ਆ ਕੇ ਬਾਬਾ ਜੀ ਦੇ ਪਾ ਕੇ ਦਰਸ਼ਨ, ਬਾਬਾ ਜੀ ਦੇ ਪਾ ਕੇ ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ ਆਪਣੇ ਹਰ ਭਰਦਿਆ ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਪਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਪਰ ਬੰਦਿਆ। ਇੱਕੋ ਵਾਰ ਦੁਆਰੇ ਆ ਕੇ ਦਰਸ਼ਨ, ਬਾਬਾ ਜੀ ਦੇ ਪਾ ਕੇ ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ ਦੁੱਖੜੇ ਆਪਣੇ ਹਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖ ਹਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖ ਹਰ ਬੰਦਿਆ। ਲਬ ਮਿਲਣਾ ਬੜੇ ਮਸਾਣੀ, ਨਾ ਮਿਲਣਾ ਨਾਤਿਆ ਤੋਤਿਆ ਨੇ, ਜੇ ਕਲ ਕਿਉਂ ਨਾ ਬਣੇ ਕਹਾਣੀ, ਜੇ ਕਲ ਕਿਉਂ ਨਾ ਬਣੇ ਕਹਾਣੀ ਤਾਰੇ ਸਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਘਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖੋ ਵਾਰ ਦੁਆਰੇ ਆ ਕੇ ਬਾਬਾ ਜੀ ਦੇ ਪਾ ਕੇ ਦੁਆਰੇ ਆ ਕੇ ਦਰਸ਼ਨ, ਬਾਬਾ ਜੀ ਦੇ ਪਾ ਕੇ ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ ਦੁਖੜੇ ਆਪਣੇ ਹਰ ਹਰ ਦਿਆ, ਨਿਵਾਰਨ ਗੁਰੂ ਦੁਆਰਾ ਹੈ ਸਿੱਖ ਹਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖ ਹਰ ਬੰਦਿਆ। ਸਿੱਖ ਦਰਸ਼ਨ ਦਾ ਨਾਲ ਜਵਾਵੇ ਮੋਹਮਕੀਆ ਮਰਾਦਾ ਪਾਵੇ, ਦਰਸ਼ਨ ਦਾ ਨਾਲ ਜਵਾਵੇ ਮੋਹਮਕੀਆ ਮਰਾਦਾ ਪਾਵੇ, ਚੋਕੇ ਧੂੜ ਮੱਥੇ ਨਾਲ ਲਾਵੇ, ਚੋਕੇ ਧੂੜ ਮੱਥੇ ਨਾਲ ਲਾਵੇ ਚੋਰੀਆਂ ਜਾਣ ਪਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਘਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਘਰ ਬੰਦਿਆ। ਇੱਕੋ ਵਾਰ ਦੁਆਰੇ ਆਵੇ ਦਰਸ਼ਨ, ਬਾਬਾ ਜੀ ਦੇ ਪਾਏ, ਇੱਕੋ ਵਾਰ ਦੁਆਰੇ ਆਵੇ ਦਰਸ਼ਨ, ਬਾਬਾ ਜੀ ਦੇ ਪਾਏ ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ, ਗੁਰੂ ਗ੍ਰੰਥ ਨੂੰ ਮਨੋ ਤੇ ਆ ਕੇ ਦੁੱਖੜੇ ਆਪਣੇ ਹਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਘਰ ਬੰਦਿਆ, ਦੁੱਖ ਨਿਵਾਰਨ ਗੁਰੂ ਦੁਆਰਾ ਹੈ ਸਿੱਖਾਂ ਘਰ ਬੰਦਿਆ। ਬਾਬਾ ਜੀ ਦਾ ਪਿਆਰ ਮਨ ਦੇ ਵਿੱਚ ਲੈ ਪਾ,
ਲੈਣਾ ਬਾਬਾ ਜੀ ਦਾ ਪਿਆਰ ਪਰਮਾ ਵਿੱਚੋਂ ਬਾਹਰ ਨਿਕਲ ਪਰਮਾ ਵਿੱਚੋਂ ਬਾਹਰ ਤਾਇਓ ਮਿਲਣੇ ਹਰ ਬੰਦਿਆ ਧੂਪ ਨਿਵਾਰਨ ਗੁਰੂ ਦੁਆਰਾ ਬਾਬਾ ਜੀ ਦੇ ਪਾਸੇ ਗੁਰੂ ਗ੍ਰੰਥ ਨਮਾਇਓ ਤੇ ਆਕੇ ਗੁਰੂ ਗ੍ਰੰਥ ਨਮਾਇਓ ਤੇ ਆਕੇ ਦੁਖੜੇ ਆਪਣੇ ਹਰ ਬੰਦਿਆ ਦੁਖ ਨਿਵਾਰਨ ਗੁਰੂ ਦੁਆਰਾ ਸਿਰਜਾ ਕਰ ਬੰਦਿਆ ਦੁਖ ਨਿਵਾਰਨ ਗੁਰੂ ਦੁਆਰਾ ਸਿਰਜਾ ਕਰ ਬੰਦਿਆ ਜਾ
श्रीमान देहराज जी तुगा 2000 रुपया उन्होंने वालों प्रतपाल सिंह जी डॉक्टर उन्होंने पहला भी वैसे शैड वास्ते माया आ चुकी है 20,000 रुपया और उन्होंने वालों 500 रुपया लंगर वास्ते अरोड़ा परिवार जलंधर वाले उन्होंने वालों 3100 रुपया गुरु के लंगर वास्ते एक किलो घे देसी देग वास्ते सरदार भजन सिंह जी सरूवाल तो उन्होंने 5000 रुपया शैड वास्ते उन्होंने भाई साहब गुरवचन सिंह उन्होंने भी पहला माया आ चुके हैं होर उन्होंने 5000 रुपया शैड वास्ते गुरमुख प्यारे श्रीमान कैप्टन मंगल सिंह जी और सारी माया पहला भी उन्होंने शैड वास्ते होर उन्होंने 8000 रुपया गुरु के लंगरां वास्ते माया अरदास हुई है चढ़दी कला बहुत सारिया संगत वालों है 1100 रुपया सुखविंदर कौर अतवाल तो उन्होंने वालों सतपाल सिंह जी दाते तो 2000 रुपया श्रीमान जगजीत सिंह जी दाते तो 500 रुपया होर भी बहुत सारे गुरमुख प्यारिया संगतों वालों माया अरदास हुई सब की हाजरी दर प्रबान करनी गुरमेल कौर वालों 5000 रुपया रजवंत सिंह हुणा वालों चढ़दी कला बख्शिश करनी पुराणा शाला तो ज्ञानी हरदीप सुणा वालों 1100 रुपया लंगर वास्ते उन्हां दी सेवा दर प्रबान करनी बहुत सारे गुरमुख प्यारिया संगत वालों कीर्तन के सत्कार जिन्हें भी तुम सामने बैठे हो ताड़ा कोटन कोट धनबाद स्टेज पर जिन्हें महापुरुष बैठे हैं उन्होंने वालों भगत संतोख सिंह वालों हरपाल सिंह जी अवतार सिंह वालों 11000 रुपया कीर्तन के सत्कार चढ़दी कला इन्हों माण का जत्थे वालों बहुत बहुत धन्यवाद करता हाँ चढ़दी कला बख्शिश करनी भाई सुरेंद्र सिंह बख्शीश सिंह वालों गुरदास साहब उन्होंने वालों गुरवचन सिंह जी भाई शेरा सिंह वालों जिन्हें भी महापुरुष संत बाबा जगजीत सिंह जी बैराड़ी वाले संत बाबा दीवान सिंह जी महेंद्र सिंह वालों किन्हां किन्हां दे नाल मैं सब का धन्यवाद एक होर बेनती है जिन्हां लोग अनपौड़ साहब के भोग पे हैं अरदास तो बाद जो परिवार इत्थे बैठे होण ते अपना अपना सरोपा लैके जाण उस वेले लाइट चले गई सी जदों हुक्मनामे लैने सन ते लाइट तो बगैर थोड़ा जिहा प्रोग्राम विच गड़बड़ जिही भी होई हुण बेनती है जे उह परिवार इत्थे बैठे होण ते अरदास तो बाद उह अपने अपने विच सरोपा लैके जाण होईआं भुल्लां दी खिमा गुरु साहिब दा कोटन कोट धन्नवाद अमरजीत सोना वो 500 रुपया
ਲੰਗਰ ਵਾਸਤੇ ਸੇਵਾਦਾਰ ਪ੍ਰਵਾਨ ਕਰਨੀ। ਬਹੁਤ ਬਹੁਤ ਵਧਾਈਆਂ ਸਭ ਸੰਗਤਾਂ ਨੂੰ, ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ। ਸੰਤ ਬਾਬਾ ਬਲਵਿੰਦਰ ਸਿੰਘ ਜੀ ਸਪੁੱਤਰ ਸੰਤ ਬਾਬਾ ਸਵਰਗੀ ਕਰਤਾਰ ਸਿੰਘ, ਉਹਨਾਂ ਦੇ ਇਹ ਬੇਟੇ ਹਨ। ਉਹਨਾਂ ਵੱਲੋਂ 500 ਰੁਪਈਆ ਅਰਦਾਸ ਕੀਰਤਨ ਦੇ ਸਤਿਕਾਰ, ਚੜ੍ਹਦੀ ਕਲਾ ਉਹਨਾਂ ਦੇ ਕਾਰਜ ਰਾਸ ਕਰਨੇ, ਸ਼ੁਭ ਇੱਛਾਵਾਂ ਪੂਰਨ ਕਰਨੀਆਂ। ਅਰਦਾਸ ਵਾਸਤੇ ਸੰਗਤਾਂ ਵੀ ਸਾਜਾਂ ਜੀ, ਤੂੰ ਠਾਕੁਰ ਤੁਮ ਅਰਦਾਸ।